SHO ਸਾਹਿਬ ਨੇ ਫੁੱਲ ਦਿੱਤਾ ਹੁਣੇ ਤੇ ਕੀ ਮੈਸੇਜ ਦਿੱਤਾ ਫੁੱਲ ਦੇ ਨਾਲ ਉਹਨਾਂ ਨੇ ਤੁਹਾਨੂੰ ਮੈਸੇਜ ਉਹਨਾਂ ਨੇ ਆ ਦਿੱਤਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਆਪਣੇ ਘਰ ਜਾਓ ਥੈਂਕ ਯੂ ਕੀ ਨਾਮ ਹੈ ਜੀ ਗੀਤਾ ਵਰਮਾ ਹੈ ਕਿਹੜਾ ਮਹੱਲਾ ਜੀ ਦਾਦਾ ਸੋਮੀ ਕਲੋਨੀ ਕੀ ਨਾਮ ਹੈ ਜੀ ਕ੍ਰਿਸ਼ਨ ਕੁਮਾਰ ਐਸ ਐਚ ਓ ਸਾਹਿਬ ਨੇ ਤੁਹਾਨੂੰ ਫੁੱਲ ਦੇ ਕੇ ਕੀ ਮੈਸੇਜ ਦਿੱਤਾ ਹੈ ਤੁਹਾਨੂੰ ਮੈਸੇਜ ਦਿੱਤਾ ਆਪਣੇ ਘਰੇ ਰਹੋ ਤੇ ਬਚਾਵ ਰੱਖੋ ਆਪਣਾ ਬਾਹਰ ਨਾ ਨਿਕਲੋ ਕੀ ਤੁਸੀਂ ਹੁਣ ਉਹਨਾਂ ਦੇ ਮੈਸੇਜ ਦਾ ਪਾਲਣ ਕਰੋ ਹਾਂ ਬਿਲਕੁਲ ਕਰਾਂਗੇ ਪਾਲਣ ਜੀ ਅਸੀਂ ਕਰ ਰਹੇ ਹਾਂ ਤੇ ਮੋਦੀ ਸਾਹਿਬ ਦਾ ਵੀ ਪਾਲਣ ਕਰ ਰਹੇ ਹਾਂ ਅਸੀਂ ਸਰਕਾਰ ਦਾ ਸੜਕ ਤੇ ਆਏ ਜੀ ਕਿਹੜੇ ਕੰਮ ਨੂੰ ਨਿਕਲਦੇ ਅਸੀਂ ਦਵਾਈ ਲੈਣ ਆਏ ਸੀ ਅਸੀਂ ਨਾ ਮੈਡੀਕਲ ਤੋਂ ਦਵਾਈ ਲੈ ਕੇ ਤੇ ਵਾਪਸੀ ਜਾ ਰਹੇ ਹਾਂ ਤੇ ਫਿਰ ਅਸੀਂ 31 ਮਾਰਚ ਲੋਕਡਾਊਨ ਅੰਦਰ ਹੀ ਰਹਾਂਗੇ ਕੀ ਨਾਮ ਹੈ ਸਰ ਅਰੁਣ ਸਰ ਆਪਣੇ ਤੁਹਾਨੂੰ ਪੁਲਿਸ ਵੱਲੋਂ ਫਾਜ਼ਿਲਕਾ ਪੁਲਿਸ ਵੱਲੋਂ ਫਲਾਵਰ ਦਿੱਤਾ ਗਿਆ ਤੇ ਨਾਲ ਇੱਕ ਮੈਸੇਜ ਵੀ ਦਿੱਤਾ ਗਿਆ ਕੀ ਮੈਸੇਜ ਦਿੱਤਾ ਗਿਆ ਤੁਹਾਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਨਿਕਲੋ ਕਰ ਲਓ ਆਪਦਾ ਬਚਾਵ ਕਰੋ ਮਾਸਕ ਲਾ ਕੇ ਰੱਖੋ ਕੀ ਫਾਜ਼ਿਲਕਾ ਪੁਲਿਸ ਦੇ ਇਸ ਮੈਸੇਜ ਦਾ ਹੁਣ ਤੁਸੀਂ ਪਾਲਣ ਕਰੋਗੇ ਬਿਲਕੁਲ ਜ਼ਰੂਰ ਕਰਾਂ ਨਹੀਂ ਹੁਣ ਤੁਸੀਂ ਗੱਡੀ ਤੇ ਆਏ ਜੇ ਕਿਸ ਕੰਮ ਲਈ ਨਿਕਲੇ ਕਰੋਗੇ ਅਸੀਂ ਮਿਲ ਤੇ ਜਾ ਰਹੇ ਸੀ ਆਪਣੀ ਰਾਈਸ ਮਿਲ ਤੇ ਜਿਹੜੇ ਕਿ ਉੱਥੇ ਵਰਕਰ ਵਗੈਰਾ ਉਹਨਾਂ ਨੂੰ ਮਾਸਕ ਵਗੈਰਾ ਦੇ ਰਹੇ ਨੇ ਸਾਰਾ ਕੰਮ ਚੱਲ ਰਿਹਾ ਫੈਕਟਰੀ ਰਾਈਸ ਮਿਲ ਦਾ ਚੱਲ ਰਿਹਾ ਤੇ ਵਰਕਰਾਂ ਨੂੰ ਸੈਨੀਟਾਈਜ਼ਰ ਤੇ ਮਾਸਕ ਵਗੈਰਾ ਦਾ ਸਾਰਾ ਪ੍ਰਬੰਧ ਪ੍ਰੋਵਾਈਡ ਲੈ ਕੇ ਜਾ ਰਹੇ ਹਾਂ ਪ੍ਰੋਵਾਈਡ ਕਰਾ ਸਾਰਾ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਪਬਲਿਕ ਨੂੰ ਰੋਕ ਕੇ ਜਿਹੜੇ ਪਬਲਿਕ ਬਾਹਰ ਨਿਕਲੀ ਹੋਈ ਸੀ ਲੋਕਡਾਊਨ ਦੇ ਬਾਵਜੂਦ ਉਹਨਾਂ ਨੂੰ ਫਲਾਵਰ ਦੇ ਕੇ ਇੱਕ ਮੈਸੇਜ ਦਿੱਤਾ ਗਿਆ ਕੀ ਮੈਸੇਜ ਦਿੱਤਾ ਗਿਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹ ਲੋਕਡਾਊਨ ਨੂੰ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰੀਏ ਲੋਕ ਜਾਗਰਿਤ ਹੈਗੇ ਵੀ ਹੈ ਕੋਆਪਰੇਟ ਵੀ ਬਹੁਤ ਕਰ ਰਹੇ ਹੈ ਬਟ ਹੋ ਸਕਦਾ ਜਿਹੜੇ ਫਿਰ ਘੁੰਮ ਰਹੇ ਨੇ ਇਹਨਾਂ ਦੀ ਕੋਈ ਮਜਬੂਰੀ ਹੋਵੇ ਜਾਂ ਕਿਸੇ ਕੰਮ ਆਏ ਹੋਣ ਜਾਂ ਕੋਈ ਜ਼ਰੂਰੀ ਰਾਸ਼ਨ ਲੈਣ ਆਏ ਹੋ ਸਕਦੇ ਨੇ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਫਲਾਵਰ ਦੇ ਕੇ ਇਹੀ ਕਹਿ ਰਹੇ ਹਾਂ ਵੀ ਤੁਸੀਂ ਆਪਣੇ ਘਰਾਂ 'ਚ ਰਹੋ ਇਹ ਆਪਣੇ ਘਰਾਂ 'ਚ ਰਹਿਣਗੇ ਸੁਰੱਖਿਅਤ ਰਹਿਣਗੇ ਅਤੇ ਅਸੀਂ ਇਹਨਾਂ ਦੀ ਪ੍ਰੋਟੈਕਸ਼ਨ ਕਰੀਏ ਅਤੇ ਤੁਹਾਡਾ ਸਾਥ ਲੈ ਕੇ ਅਸੀਂ ਲੋਕਾਂ ਨੂੰ ਆਗਾਹ ਕਰੀਏ ਇਹਦੇ ਬਾਰੇ ਕਿ ਲੋਕ ਇਹ ਲੋਕਡਾਊਨ ਨੂੰ ਓਬੇ ਕਰਕੇ ਇਹਨੂੰ ਕੁਦਰਤੀ ਤੌਰ 'ਤੇ ਇੱਕ ਆਈ ਹੋਈ ਆਫਤ ਨੂੰ ਸੰਭਾਲਣ ਲਈ ਅਸੀਂ ਆਪਣੇ ਆਪ ਨੂੰ ਇਸ ਗੱਲ 'ਚ ਰੋਕਣ ਦੇ ਵਿੱਚ ਇਸ ਕੋਰੋਨਾ ਵਾਇਰਸ ਦੀ ਉਹਨੂੰ ਕਾਮਯਾਬ ਹੋਈ ਸਿਸਟਮ ਇਸ ਤੋਂ ਇਲਾਵਾ ਕਿ ਪੰਜਾਬ ਪੁਲਿਸ ਦੇ ਕੀ ਉਪਰਾਲੇ ਨੇ ਕਿ ਜਿਹੜਾ ਇਹ ਲੋਕਡਾਊਨ ਦਾ ਕੰਮ ਕਰਦਾ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਤਾਂ ਕਿ ਜਿਹੜੀਆਂ ਨੈਸੈਸਿਟੀ ਸਰਵਿਸਿਜ਼ ਨੇ ਉਹਨਾਂ ਨੂੰ ਕੰਟੀਨਿਊ ਰੱਖਿਆ ਜਾਵੇ ਬਟ ਜਿਹੜੀਆਂ ਬੁਖਾਰ ਸੁੱਕੀ ਖਾਂਸੀ ਬਟ ਜਿਹੜੀਆਂ ਤਕਲੀਫ ਅਤੇ ਆਮ ਹੋਣਾ ਕੁਝ ਮਰੀਜ਼ਾਂ ਨੂੰ ਜਿਹੜੀਆਂ ਆਮ ਦੁਕਾਨਾਂ ਨੇਗੀਆਂ ਜਿਹੜੀਆਂ ਕੋਈ ਐਡਾ ਜ਼ਰੂਰੀ ਆਈਟਮਸ ਨਹੀਂ ਹੈਗੀਆਂ ਉਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹ ਬੰਦ ਰਹਿਣਗੀਆਂ ਬਟ ਅਦਰਵਾਈਜ਼ ਜਿਹੜੀਆਂ ਦੁੱਧ ਦੀਆਂ ਸਬਜ਼ੀ ਦੀਆਂ ਕੋਈ ਬਹੁਤ ਜ਼ਿਆਦਾ ਖਾਣ ਵਾਲੀ ਇੱਦਾਂ ਦੀ ਜ਼ਰੂਰੀ ਆਈਟਮ ਹੈ ਜਿਹੜੀਆਂ ਅਸੈਂਸ਼ੀਅਲ ਆਈਟਮਸ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਕੰਟੀਨਿਊ ਸਰਵਿਸ ਉਹਨਾਂ ਦੀ ਕੰਟੀਨਿਊ ਕਰਵਾ ਰਹੇ ਹਾਂ ਅਦਰਵਾਈਜ਼ ਵੀ ਗੌਰਮੈਂਟ ਨੇ ਜਿੱਦਾਂ ਟ੍ਰੇਨ ਬੰਦ ਕੀਤੀ ਹੈ ਸਰਵਿਸ ਬੱਸ ਬੰਦ ਕੀਤੀ ਹੈ ਤਾਂ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਅਜੇ ਵੀ ਲੋਕ ਜਿਹੜਾ ਹੈਗਾ ਚੱਲ ਰਿਹਾ ਇਹਨੂੰ ਹੋਰ ਜ਼ਿਆਦਾ ਰਿਡਿਊਸ ਕਰਕੇ ਮਿਨੀਮਾਈਜ਼ ਕਰਕੇ ਅਸੀਂ ਕੋਰੋਨਾ ਵਾਇਰਸ 'ਤੇ ਕੰਟਰੋਲ ਪਾ ਸਕੀਏ ਕਿਤੇ ਕਿਸੇ ਮੁਲਾਜ਼ਮ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋਣਾ ਅਸੀਂ ਮੁਲਾਜ਼ਮਾਂ ਨੂੰ ਬਰੀਫ ਕੀਤਾ ਦੁਬਾਰਾ ਵੀ ਬਰੀਫ ਕੀਤਾ ਉਹਨਾਂ ਨੂੰ ਮੈਂ SHO ਸਾਹਿਬ ਨੂੰ ਵੀ ਕਿਹਾ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਗੱਲ ਕਲੀਅਰ ਕਰਵਾਈ ਜਾਵੇ ਜੇ ਕਿਸੇ ਮੁਲਾਜ਼ਮ ਨੂੰ ਸਾਡੇ ਨੂੰ ਨਹੀਂ ਪਤਾ ਹੋ ਸਕਦਾ ਉਹਨੇ ਇਹ ਇੱਦਾਂ ਦੀ ਗੱਲ ਕੀਤੀ ਹੋਵੇ ਪਰ ਇੱਦਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਬਜ਼ੀ ਦੀਆਂ ਦੁੱਧ ਦੀਆਂ ਜ਼ਰੂਰੀ ਆਈਟਮਸ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਕੰਟੀਨਿਊ ਕਰਵਾਉਂਦੇ ਸਰ ਇਸ ਤੋਂ ਇਲਾਵਾ ਨਾ ਜਿਹੜੇ ਸ਼ਹਿਰ ਦੇ ਵਿਟਾਲਾ ਖੁੱਲੀਆਂ ਉਹ ਵੀ ਬੰਦ ਕਰਾਈ ਜਾ ਰਹੀ ਜੋ ਕਿ ਬੇਸਾਰਾ ਪਸ਼ੂ ਜਿਹੜੇ ਕਿਸ ਟਾਈਮ ਭੁੱਖਾ ਸਰ ਗਊਸ਼ਾਲਾ ਜਿਹੜੇ ਚਾਹਦਾ ਨਹੀਂ ਪਹੁੰਚ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਜੋ ਜ਼ਰੂਰੀ ਹੋਇਆ ਅਸੀਂ ਕਰਵਾਵਾਂਗੇ ਅਸੀਂ ਐਫਰਟਸ ਕਰਾਂਗੇ ਬਾਕੀ ਤੁਸੀਂ ਸਾਡੇ ਨਾਲ ਹੋ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋਈਏ ਆਪਾਂ ਲੋਕਾਂ ਨੂੰ ਇਸ ਗੱਲ ਤੇ ਆਗਾਹ ਕਰੀਏ ਸਰ ਦੂਜੇ ਪਾਸੇ ਜਿਹੜੇ ਸ਼ਹਿਰ ਦੇ ਕਈ ਠੇਕੇ ਖੁੱਲੇ ਨਜ਼ਰ ਆ ਰਹੇ ਨੇ ਉਹਦੇ ਬਾਰੇ ਪੰਜਾਬ ਕਹਿ ਜੀ ਸ਼ਰਾਬ ਦੇ ਠੇਕੇ ਸ਼ਰਾਬ ਦੇ ਠੇਕਿਆਂ ਨੂੰ ਕੋਈ ਗਵਰਨਮੈਂਟ ਵੱਲੋਂ ਬੈਨ ਨਹੀਂ ਕੀਤਾ ਗਿਆ ਇਹਦੇ 'ਚ ਇਹਨਾਂ ਨੂੰ ਕੋਈ ਉਹਦੇ 'ਚ ਨਹੀਂ ਭਾਵੇਂ ਅਸੈਂਸ਼ੀਅਲ ਕਮੋਡਿਟੀ ਨਹੀਂ ਹੈ ਇਹ ਬਟ ਫਿਰ ਵੀ ਇਹਨੂੰ ਬੰਦ ਨਹੀਂ ਕੀਤਾ ਗਿਆ ਗਵਰਨਮੈਂਟ ਵੱਲੋਂ ਜਦੋਂ ਬੰਦ ਕੀਤਾ ਜਾਊਗਾ ਅਸੀਂ ਵੀ ਬੰਦ ਕਰਾ ਦਾਂਗੇ ਸਾਨੂੰ ਇਹਨਾਂ ਨਾਲ ਕੋਈ ਸੈਂਪੈਥੀ ਨਹੀਂ ਕਿਸੇ ਨਾਲ ਸਾਨੂੰ ਅਸੀਂ ਸਿਰਫ ਲੋਕਾਂ ਦੀਆਂ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਨੂੰ ਅਸੀਂ ਕੰਟੀਨਿਊ ਕਰਵਾ ਰਹੇ ਹਾਂ ਕਹਿ ਨਹੀਂ ਸਕਦੇ ਕਿ ਇੱਥੋਂ ਵੀ ਵਾਇਰਸ ਫੈਲ ਸਕਦਾ ਜਿਵੇਂ ਲੋਕ ਸ਼ਰਾਬ ਖਰੀਦਣ ਆਉਣਗੇ ਜਾਂ ਲੈਣਗੇ
ਆਏ ਤਾਂ ਹੁਣ ਕਿਤੇ ਵੀ ਕੁਛ ਹੋ ਸਕਦਾ ਹੈਗਾ, ਇਸ ਚੀਜ਼ ਨੂੰ ਤਾਂ ਆਪਾਂ ਨਹੀਂ ਉਹ ਕਰ ਸਕਦੇ।